ਹਾਈ ਫਰੈਂਡਸ ਵੈਲਕਮ ਕਰਦੀ ਹਾਂ ਤੁਹਾਡਾ ਸਾਰਾ ਇਹ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਬਿਕੋਜ਼ ਪੰਜਾਬ ਦੇ ਵਿੱਚ ਇੱਕ ਹੋਰ ਡਿਪਾਰਟਮੈਂਟ ਦੇ ਵਿੱਚ ਵੈਕੈਂਸੀਜ਼ ਆ ਜਿਹੜੀਆਂ ਆ ਚੁੱਕੀਆਂ ਆ 150 ਦੇ ਕਰੀਬ ਵੈਕੈਂਸੀਜ਼ ਆ ਜਿਹੜੀਆਂ ਆ ਚੁੱਕੀਆਂ ਆ ਤੇ ਅਪਲਾਈ ਕਰਨਾ ਵੀ ਸਟਾਰਟ ਹੋ ਚੁੱਕਿਆ ਹੈ ਸੋ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੀ ਕੀ ਇਹਦੇ ਵਿੱਚ ਐਲੀਜੀਬਿਲਟੀ ਰਹਿਣ ਵਾਲੀ ਹੈ ਸਾਰਾ ਮੈਂ ਤੁਹਾਨੂੰ ਬਰੀਫ ਦੇ ਵਿੱਚ ਦੱਸਾਂਗੀ ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖਿਓ ਇਸੀ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਆਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਦੇ ਨਾਲ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਇਸ ਦੇ ਨਾਲ ਕੀ ਹੋਊਗਾ ਹਰ ਇੱਕ ਅਪਡੇਟ ਤੁਹਾਡੇ ਤੱਕ ਟਾਈਮਲੀ ਪਹੁੰਚ ਜਾਊਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵਾਂ ਅਪਡੇਟ ਲੈ ਕੇ ਆਵਾਂਗੀ ਦੱਸਣਾ ਚਾਹਾਂਗੇ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਲਗਭਗ 4 ਨਵੇਂ ਡਿਪਾਰਟਮੈਂਟ ਦੀ ਵੈਕੈਂਸੀਜ਼ ਆ ਜਿਹੜੀਆਂ ਆਲਰੇਡੀ ਆ ਚੁੱਕੀਆਂ ਆ ਤਾਂ ਆਈ ਹੋਪ ਤੁਸੀਂ ਉਹ ਵੈਕੈਂਸੀ ਸਾਡੀ ਅਫੀਸ਼ੀਅਲ ਵੈਬਸਾਈਟ www.clory.com ਤੇ ਵਿਜ਼ਿਟ ਕਰਕੇ ਚੈੱਕ ਕਰਕੇ ਅਪਲਾਈ ਕਰ ਲੇਤਾ ਹੋਊਗਾ ਤੁਸੀਂ ਸਾਡੀ ਅਫੀਸ਼ੀਅਲ ਸਾਈਟ ਤੇ ਜਾਓਗੇ ਮੈਨੂ ਦੇ ਵਿੱਚ ਪੰਜਾਬ ਗਵਰਨਮੈਂਟ ਜੌਬਸ ਨਾਮ ਤੋਂ ਇੱਕ ਅਲੱਗ ਤੋਂ ਪੇਜ ਤੁਹਾਨੂੰ ਮਿਲੂਗਾ ਜਿੰਨੀਆਂ ਵੀ ਰੀਸੈਂਟਲੀ ਪੰਜਾਬ ਚ ਵੈਕੈਂਸੀਜ਼ ਆਈਆਂ ਆ ਚਾਹੇ ਉਹ ਪ੍ਰਾਈਵੇਟ ਓਨ ਗਵਰਨਮੈਂਟ ਓਨ ਕੰਟਰੈਕਟ ਬੇਸਿਸ ਓਨ ਜਿਹੜੀਆਂ ਵੀ ਵੈਕੈਂਸੀਜ਼ ਆ ਤੁਹਾਨੂੰ ਉੱਥੇ ਜਿਹੜੀਆਂ ਦੇਖਣ ਨੂੰ ਮਿਲ ਜਣਗੀਆਂ ਤੇ ਵੈਬਸਾਈਟ ਦੇ ਉੱਤੇ ਵੀ ਤੁਸੀਂ ਆਪਣੀ ਈਮੇਲ ਆਈਡੀ ਭਰ ਕੇ ਉਹਨੂੰ ਸਬਸਕ੍ਰਾਈਬ ਕਰ ਸਕਦੇ ਆ ਉਹਨਾਂ ਤੁਹਾਨੂੰ ਇਹ ਬੈਨੀਫਿਟ ਹੈ ਜ ਕੋਈ ਵੀ ਛੋਟੀ ਤੋਂ ਛੋਟੀ ਇਨਫੋਰਮੇਸ਼ਨ ਵੀ ਹੋਵੇ ਜਿਵੇਂ ਐਡਮਿਟ ਕਾਰਡ ਰਿਜ਼ਲਟ ਚਾਹੇ ਵੈਕੈਂਸੀਸ ਨੂੰ ਲੈ ਕੇ ਹੋਵੇ ਜਿੱਦਾਂ ਹੀ ਮੈਂ ਕੋਈ ਅਪਡੇਟ ਉੱਥੇ ਕਰਾਂਗੀ ਜੇਕਰ ਤੁਸੀਂ ਵੈਬਸਾਈਟ ਚੈੱਕ ਕਰਨਾ ਭੁੱਲ ਵੀ ਜਾਂਦੇ ਆ ਤਾਂ ਤੁਹਾਨੂੰ ਆਟੋਮੈਟਿਕਲੀ ਜਿਹੜੀ ਹੈ ਈਮੇਲ ਆ ਜਾਇਆ ਕਰੇਗੀ ਤਾਂ ਉੱਥੇ ਜਾ ਕੇ ਸਬਸਕ੍ਰਾਈਬ ਤੁਸੀਂ ਜ਼ਰੂਰ ਕਰਿਓ ਈਮੇਲ ਆਈਡੀ ਆਪਣੀ ਮੈਂਸ਼ਨ ਕਰਕੇ ਤਾਂ ਚਲੋ ਜ਼ਿਆਦਾ ਟਾਈਮ ਨਾ ਲੈਂਦੇ ਆ ਹੁਣ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਕਿਹੜਾ ਉਹ ਡਿਪਾਰਟਮੈਂਟ ਹੈ ਜਿਦੇ ਵਿੱਚ ਵੈਕੈਂਸੀਜ਼ ਆਈਆਂ ਹੋਈਆਂ ਆ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਤੇ ਕੀ ਕੀ ਇਹਦੇ ਵਿੱਚ ਐਲੀਜੀਬਿਲਟੀ ਜਿਹੜੀ ਆ ਉਹ ਰਹਿਣ ਵਾਲੀ ਆ ਉਹਦੇ ਲਈ ਚੱਲਦੇ ਆ ਅਸੀਂ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਉੱਥੇ ਜਾ ਕੇ ਮੈਂ ਤੁਹਾਨੂੰ ਦੱਸਦੀ ਕਿੱਦਾਂ ਅਪਲਾਈ ਕਰਨਾ ਹੈ ਕੀ ਕੀ ਇਹਦੇ ਵਿੱਚ ਐਲੀਜੀਬਿਲਟੀ ਜਿਹੜੀ ਆ ਉਹ ਰਹਿਣ ਵਾਲੀ ਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਆਪ ਆਪ ਆਪਣੀ ਆਫੀਸ਼ੀਅਲ ਸਾਈਟ ਦੇ ਉੱਤੇ ਆ ਚੁੱਕੇ ਆਂ ਇਹਦੇ ਵਿੱਚ ਜੌਬ ਲੋਕੇਸ਼ਨ ਤੁਹਾਡੇ ਜਿਹੜੇ ਪੰਜਾਬ ਹੀ ਰਹਿਣ ਵਾਲੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅਪਲਾਈ ਨਾ ਉਤੇ ਕਲਿੱਕ ਕਰਕੇ ਦੱਸ ਜਾਨੀ ਅਪਲਾਈ ਕਿੱਦਾਂ ਕਰਨਾ ਹੈ ਤਾਂ ਕਿ ਬਾਅਦ ਵਿੱਚ ਤੁਹਾਨੂੰ ਕੋਈ ਡਾਊਟ ਨਾ ਰਹੇ ਕਿ ਅਪਲਾਈ ਦਾ ਨਹੀਂ ਪਤਾ ਚੱਲ ਪਾਰਿਆ ਇਹ ਲਿੰਕ ਹੈ ਦੋ ਅਲੱਗ-ਅਲੱਗ ਨੋਟੀਫਿਕੇਸ਼ਨ ਹੈ ਟੋਟਲ ਜਿਹੜੀਆਂ ਵੈਕੈਂਸੀਜ਼ ਆ 150 ਹੈ ਇੱਕ ਤੇ ਕਲਿੱਕ ਕਰਕੇ ਮੈਂ ਤੁਹਾਨੂੰ ਦੱਸ ਜਾਨੀ ਅਪਲਾਈ ਕਿੱਦਾਂ ਕਰਨਾ ਹੈ ਦੋਨਾਂ ਦਾ ਸੇਮ ਹੀ ਪ੍ਰੋਸੀਜਰ ਹੈ ਤੁਸੀਂ ਦੇਖ ਸਕਦੇ ਆ ਅਪਲਾਈ ਆਨਲਾਈਨ ਤੇ ਕਲਿੱਕ ਕਰਨ ਤੇ ਬਾਅਦ ਤੜ ਕੋ ਇਦਾਂ ਦਾ ਇੰਟਰਫੇਸ ਓਪਨ ਹੋ ਜਾਊਗਾ ਇਹ ਪੰਜਾਬ ਦੇ ਵਿੱਚ ਅਲੱਗ-ਦਗ ਲੋਕੇਸ਼ਨ ਦੀ ਵੈਕੈਂਸੀਜ਼ ਐ ਜੌਬ ਲੋਕੇਸ਼ਨ ਤੁਹਾਡੀ ਪੰਜਾਬ ਰਹੂਗੀ ਤੁਸੀਂ ਸਭ ਤੋਂ ਪਹਿਲਾਂ ਇੱਥੇ ਕਲਿੱਕ ਕਰਨਾ ਹੈ ਅਪਲਾਈ ਫਾਰ ਥਿਸ ਓਪਰਚ्युनिटी ਤੇ ਇੱਥੇ ਸਾਰੀ ਡਿਟੇਲਸ ਵੀ ਤੁਸੀਂ ਜਿਹੜੀਆਂ ਪੜ ਸਕਦੇ ਆ ਕੀ ਕੀ ਐਲੀਜੀਬਿਲਟੀ ਐ ਜਿਹੜੀ ਕਿ ਤੁਹਾਨੂੰ ਮੈਂ ਅੱਗੇ ਦੱਸਾਂਗੀ ਵੀ ਤਾਂ ਕਿ ਤੁਹਾਨੂੰ ਕੋਈ ਡਾਊਟ ਨਾ ਰਵੇ ਸਭ ਤੋਂ ਪਹਿਲਾਂ ਆਪਾਂ ਕਲਿੱਕ ਕਰ ਲੈਨੇ ਆ ਅਪਲਾਈ ਫਾਰ ਥਿਸ ਓਪਰਚ्युनिटी ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਓਪਨ ਹੋਊਗਾ ਇੱਥੇ ओके ਕਰਨ ਤੋਂ ਬਾਅਦ ਇੱਕ ਇਹ ਤੁਹਾਡਾ ਕੋ ਇੰਟਰਫੇਸ ਜਿਹੜਾ ਓਪਨ ਹੋ ਜਾਏਗਾ ਜਿਹਦੇ ਵਿੱਚ ਤੁਹਾਡਾ ਜਿਹੜਾ ਪਹਿਲਾ ਸਟੈਪ ਰਹਿਣ ਲਿਆ ਤੁਹਾਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਆ ਫਿਰ ਤੁਸੀਂ ਸਿੰਪਲ ਲੌਗਇਨ ਕਰਨਾ ਹੈ ਲੌਗਇਨ ਕਰਕੇ ਅਪਲਾਈ ਕਰਨਾ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਐਲੀਜੀਬਿਲਟੀ ਤੇ ਲੈ ਚੱਲਦੇ ਆ ਉਸ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਵੈਕੈਂਸੀਸ ਕਿੰਨੇ ਆਊਟ ਕੀਤੇ ਆ ਤੇ ਸਪੋਰਟ ਕਿੰਗ ਇੰਡੀਆ ਲਿਮਟਿਡ ਮੋਹਾਲੀ ਪੰਜਾਬ ਦੇ ਵੱਲੋਂ ਵੈਕੈਂਸੀਸ ਆਊਟ ਕੀਤੇ ਗਏ ਆ ਪੰਜਾਬ ਦੇ ਹਰ ਇੱਕ ਜਗ੍ਹਾ ਵਾਸਤੇ ਵੈਕੈਂਸੀਸ ਐ ਮੇਲ ਫੀਮੇਲ ਦੋਨੋਂ ਇਲੀਜੀਬਲ ਆ ਅਪਲਾਈ ਕਰ ਸਕਦੇ ਆ ਅਪਲਾਈ ਕਰਨਾ ਸਟਾਰਟ ਹੋ ਚੁੱਕਿਆ ਹੈ ਵਿਥਿਨ 30 ਡੇਸ ਤੁਸੀਂ ਇਹਨਾਂ ਵੈਕੈਂਸੀਸ ਲਈ ਅਪਲਾਈ ਕਰਨਾ ਹੈ ਆਨਲਾਈਨ ਹੀ ਅਪਲਾਈ ਕਰਨਾ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਉਹ ਸਟੈਪ ਨੂੰ ਫੋਲੋ ਕਰਦੇ ਆ ਵੈਕੈਂਸੀਸ ਦੀ ਜੇ ਆਪਾਂ ਗੱਲ ਕਰੀਏ 150 ਵੈਕੈਂਸੀਸ ਐ ਜੌਬ ਲੋਕੇਸ਼ਨ ਪੰਜਾਬ ਐ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਆ ਸਿਲੈਕਸ਼ਨ ਪ੍ਰੋਸੀਜਰ ਦੇ ਜਿਹਦੇ ਵਿੱਚ ਆਪਾਂ ਗੱਲ ਕਰੀਏ ਵੈਸੇ ਇੱਥੇ ਇਹਨਾਂ ਨੇ ਡਿਸਕ੍ਰਾਈਬ ਨਹੀਂ ਕੀਤਾ ਹੈ ਬਟ ਜਿਹੜੀਆਂ ਵੈਕੈਂਸੀਸ ਆਂਦੀਆਂ ਹੁੰਦੀਆਂ ਹੈ ਕੁਆਲਿਫੀਕੇਸ਼ਨ ਦੇ ਮਾਰਕਸ ਦੇ ਅਕੋਰਡਿੰਗਲੀ ਤੁਹਾਡੇ ਇਹਦੇ ਵਿੱਚ ਮੈਰਿਟ ਲੱਗਦੀ ਹੈ ਉਸ ਬੇਸਿਸ ਤੇ ਤੁਹਾਡੇ ਇਹਦੇ ਵਿੱਚ ਜੁਆਇਨਿੰਗ ਹੁੰਦੀ ਹੈ ਜਾਂ ਕਈ ਵਾਰ ਹੁੰਦਾ ਹੈ ਕਿ ਸਿਰਫ ਤੁਹਾਡੀ ਸਿਰਫ ਇੱਥੇ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਤੇ ਉਸ ਬੇਸਿਸ ਤੇ ਤੁਹਾਡੀ ਜਿਹੜੀ ਇਸ ਤੋਂ ਸਿਲੈਕਸ਼ਨ ਹੋ ਜਾਂਦੀ ਹੈ ਉਹ ਤੁਹਾਨੂੰ ਇਨਫੋਰਮ ਕੀਤਾ ਹੀ ਜਾਊਗਾ ਹੁਣ ਰਹੀ ਗੱਲ ਐਪਲੀਕੇਸ਼ਨ ਫੀ ਦੀ ਐਪਲੀਕੇਸ਼ਨ ਫੀ ਇਹਦੇ ਵਿੱਚ ਨਾ ਹੀ ਕੋਈ ਹੁੰਦੀ ਹੈ ਨਾ ਹੀ ਤੁਹਾਨੂੰ ਕੋਈ ਪੇ ਕਰਨ ਲਈ ਕਿਹਾ ਗਿਆ ਹੈ ਥੋੜਾ ਤੁਸੀਂ ਸਕਰੋਲ ਕਰੋਗੇ ਆ ਪੰਜ ਲਿੰਕ ਤੁਸੀਂ ਜਿਹੜੇ ਦੇਖ ਸਕਦੇ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਹਿਲਾ ਲਿੰਕ ਪੀਐਸਪੀਸੀਐਲ ਦੀ ਲੇਟੈਸਟ ਵੈਕੈਂਸੀਜ਼ ਆ ਜਿਹੜੇ ਕਿ 2632 ਵੈਕੈਂਸੀਜ਼ ਦਾ ਲਿੰਕ ਹੈ ਇੱਥੇ ਕਲਿੱਕ ਕਰਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਆ ਕਿਵੇਂ ਅਪਲਾਈ ਕਰਨਾ ਹੈ ਕੀ ਐਲੀਜੀਬਿਲਟੀ ਆ ਕੀ ਸਿਲੇਬਸ ਹੈ ਸੈਕੰਡ ਜਿਹੜਾ ਲਿੰਕ ਆਪਕਾ ਟ੍ਰਿਪਲ ਐਸਪੀ ਦੀਆਂ ਜਿਹੜੀਆਂ ਸੁਪਰਵਾਈਜ਼ਰ ਦੀਆਂ ਤੁਹਾਨੂੰ ਪਤਾ ਵੈਕੈਂਸੀਜ਼ ਆਈਆਂ ਸੀ 112 ਵੈਕੈਂਸੀਜ਼ ਉਹਦਾ ਆਨਲਾਈਨ ਫਾਰਮ ਸਟਾਰਟ ਹੋ ਚੁੱਕਾ ਹੈ ਇੱਥੇ ਕਲਿੱਕ ਕਰਕੇ ਤੁਸੀਂ ਉਹਦੀ ਸਾਰੀ ਇਨਫੋਰਮੇਸ਼ਨ ਲੈ ਕੇ ਅਪਲਾਈ ਜ਼ਰੂਰ ਕਰਨਾ ਹੈ ਹੁਣ 3rd ਇਅਰ ਦੀ ਲਿੰਕ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮਿਲਕ ਡੈਰੀ ਵੱਲੋਂ 503 ਨੂੰ ਵੈਕੈਂਸੀਜ਼ ਆਈਆਂ ਹੋਈਆਂ ਹਨ ਮੁੰਡੇ ਅਤੇ ਕੁੜੀਆਂ ਦੋਨਾਂ ਨੂੰ ਇਨਵਾਈਟ ਕੀਤਾ ਗਿਆ ਹੈ ਇਦੇ ਲਈ ਆ ਲਿੰਕ ਹੈ ਇਥੇ ਕਲਿੱਕ ਕਰਕੇ ਇਨਫੋਰਮੇਸ਼ਨ ਲੈ ਕੇ ਅਪਲਾਈ ਕਰ ਸਕਦੇ ਆ ਨੈਕਸਟ ਜਿਹੜਾ ਲਿੰਕ ਹੈ ਉਹ ਇੰਡੀਅਨ ਆਰਮੀ ਦੀ ਲੇਟੈਸਟ ਵੈਕੈਂਸੀਜ਼ ਹੈ ਉੱਥੇ ਵੀ ਤੁਸੀਂ ਚੈੱਕ ਕਰਕੇ ਅਪਲਾਈ ਕਰ ਲੈਣਾ ਔਰ ਲਾਸਟ ਜਿਹੜਾ ਇਹਦੇ ਵਿੱਚ ਲਿੰਕ ਹੈ ਪੰਜਾਬ ਆਂਗਣਵਾੜੀ ਦੀ ਆ ਜਿਹੜੀਆਂ 4400 ਪਲੱਸ ਵੈਕੈਂਸੀਜ਼ ਹੈ ਉਹਨਾਂ ਨੂੰ ਚੈੱਕ ਕਰਕੇ ਅਪਲਾਈ ਕਰ ਸਕਦੇ ਆ ਹੁਣ ਆ ਜਿਹੜਾ ਲਿੰਕ ਹੈ ਹਾਈਲਾਈਟ ਕੀਤਾ ਹੋਇਆ ਇਹ ਸਟੱਡੀ ਮਟੀਰੀਅਲ ਤੁਸੀਂ ਪੰਜਾਬ ਦੇ ਕਿਸੇ ਵੀ ਜੋਬ ਦੀ ਤਿਆਰੀ ਕਰ ਰਹੇ ਹੋ ਡਾਊਨਲੋਡ ਕਰ ਸਕਦੇ ਆ ਹੁਣ ਗੱਲ ਆਉਂਦੀ ਹੈ ਜਿਹੜੀ ਵੈਕੈਂਸੀਜ਼ ਹੈ ਇਹ ਕਿਹੜੀਆਂ ਆਊਟ ਕੀਤੀਆਂ ਗਈਆਂ ਇਹ ਅਲੱਗ-ਅਲੱਗ ਟਾਈਪ ਦੀਆਂ ਵੈਕੈਂਸੀਜ਼ ਆ ਜਿਵੇਂ ਪਹਿਲੀ ਜਿਹੜੀ ਪੋਸਟ ਹੈ ਰਿੰਗ ਫਰੇਮ ਡਰਫਰ ਦੀ ਵੈਕੈਂਸੀਸ ਆ 50 ਵੈਕੈਂਸੀਸ ਆ ਆਟੋ ਕਾਰਨਰ اٹੈਂਟਰ ਦੀ ਆ ਜਿਹੜੀਆਂ 100 ਵੈਕੈਂਸੀਸ ਆ ਆਪਾਂ 150 ਟੋਟਲ ਵੈਕੈਂਸੀਸ ਆਊਟ ਕੀਤੀਆਂ ਗਿਆ ਬਹੁਤ سارے ਕੈਂਡੀਡੇਟ ਤੁਹਾਡੇ ਵਿੱਚੋਂ ਇਹਦੇ ਵਾਸਤੇ ਐਲੀਜੀਬਲ ਹੋਣ ਵਾਲਿਆਂ ਤੁਹਾਡੀ ਉਮਰ ਘੱਟੋ ਘੱਟ 18 ਹੈ ਅਪਲਾਈ ਕਰ ਸਕਦੇ ਆ ਮੈਕਸਿਮਮ ਜਿਹੜੀ ਉਹ ਮੈਂਸ਼ਨ ਨਹੀਂ ਕੀਤੀ ਹੈ ਐਸ ਪਰ ਨੋਰਮਸ ਆਨ ਵਾਲੀ ਆ ਐਪਲੀਕੇਸ਼ਨ ਫੀ ਜਿਹੜੇ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਦਾ ਕੋਈ ਫੀ ਨਹੀਂ ਹੈਗੀ ਸਿੱਧਾ ਤੁਸੀਂ ਅਪਲਾਈ ਕਰਨਾ ਹੈ ਕਵਾਲੀਫਿਕੇਸ਼ਨ ਦੀ ਜੇ ਆਪਾਂ ਗੱਲ ਕਰੀਏ ਮਿਨੀਮਮ ਕੁਆਲੀਫਿਕੇਸ਼ਨ ਰਿਕੁਆਇਰਡ ਹੈ 5th ਪਾਸ ਜੇ 8th ਪਾਸ 10th 12th ਕੋਈ ਵੀ ਇਹਦੇ ਵਿੱਚ ਅਪਲਾਈ ਕਰ ਸਕਦੇ ਆ ਇਹ ਦੋਨੋਂ ਲਿੰਕ ਹੈ ਇੱਥੇ ਕਲਿੱਕ ਕਰਕੇ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਵਾ ਕਿੱਦਾਂ ਅਪਲਾਈ ਕਰਨਾ ਹੈ ਕਿੱਦਾਂ ਦਾ ਇੰਟਰਫੇਸ ਆਰ ਖੁੱਪਨੂਗਾ ਬਸ ਤੁਸੀਂ ਉੱਥੇ ਕਲਿੱਕ ਕਰਕੇ ਇਨਫੋਰਮੇਸ਼ਨ ਲੈ ਕੇ ਜਰਾ ਅਪਲਾਈ ਜ਼ਰੂਰ ਕਰ ਲੈਣਾ ਠੀਕ ਹੈ ਬਾਕੀ ਇਸ ਤੋਂ ਇਲਾਵਾ ਜਿਹੜੇ ਵੀਕੈਂਸੀਜ਼ ਆਈਆਂ ਤੁਹਾਨੂੰ ਮੈਂ ਦੱਸਿਆ ਸਾਡੀ ਅਫੀਸ਼ੀਅਲ ਸਾਈਟ ਦਾ ਲਿੰਕ ਡਿਸਕ੍ਰਿਪਸ਼ਨ 'ਚ ਵੀ ਤੁਹਾਨੂੰ ਮੈਂ ਦੇ ਦਿੱਤਾ ਹੈ ਉੱਥੇ ਕਲਿੱਕ ਕਰਕੇ ਇਨਫੋਰਮੇਸ਼ਨ ਲੈ ਕੇ ਤੁਸੀਂ ਅਪਲਾਈ ਜਾ ਕੇ ਜ਼ਰੂਰ ਕਰ ਲੈਣਾ ਤੁਹਾਡਾ ਕੋਈ ਕੁਐਸਚਨ ਹੈ ਕਮੈਂਟ ਕਰਕੇ ਪੁੱਛ ਸਕਦੇ ਆ ਬਾਕੀ ਹੁਣ ਆਪਾਂ ਨੈਕਸਟ ਵੀਡੀਓ ਵਿੱਚ ਮਿਲਾਂਗੇ ਨਵੀਂ ਇਨਫੋਰਮੇਸ਼ਨ ਨਾਲ ਥੈਂਕਸ ਫॉर ਵਾਚਿੰਗ